ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ ਦੇ ਵਿੱਚ। ਲਗਾਤਾਰ ਵੀਡੀਓਜ਼ ਅਸੀਂ ਅਪਲੋਡ ਕਰ ਰਹੇ ਹਾਂ ਜੀ, ਤੁਹਾਡਾ ਧੰਨਵਾਦ ਹੈ ਜੀ ਜੁੜੇ ਹੋਏ ਤੁਸੀਂ ਸਾਡੇ ਚੈਨਲ ਦੇ ਨਾਲ। ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਜੀ, ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਬਿਲਕੁਲ ਵੀ। ਸਾਡੇ ਜਿਹੜੇ ਵਿਸ਼ਾ ਚੱਲ ਰਿਹਾ ਜੀ, ਪੰਜਾਬੀ ਵਾਰਤਕਾਰ ਜਿਹੜੇ ਹੋਏ ਆ ਜੀ, ਉਹਨਾਂ ਦੇ ਬਾਰੇ 'ਚ ਅਸੀਂ ਵੀਡੀਓ ਅਪਲੋਡ ਕਰ ਰਹੇ ਹਾਂ। ਇਹ ਤੋਂ ਇਲਾਵਾ ਸਾਡੇ ਚੈਨਲ ਦੇ ਉੱਪਰ ਪੰਜਾਬੀ ਮਾਸਟਰ ਕੇਡਰ ਦੀ ਪਲੇਲਿਸਟ ਹੈ ਜੀ, ਉੱਥੋਂ ਤੁਸੀਂ ਵੀਡੀਓਜ਼ ਜਿਹੜੇ ਉਹ ਪੰਜਾਬੀ ਮਾਸਟਰ ਕੇਡਰ ਦੇ ਨਾਲ ਸੰਬੰਧਿਤ ਦੇਖ ਸਕਦੇ ਹੋ ਜੀ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਜੀ, ਉਹ ਪੰਜਾਬੀ ਵਾਰਤਕ ਦਾ ਰਹੇਗਾ। ਵਾਰਤਕਾਰ ਅੱਜ ਦੇ ਹੋਣਗੇ ਸਾਡੇ ਗਿਆਨੀ ਗੁਰਦਿੱਤ ਸਿੰਘ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਟੋਪਿਕ। ਇਹ ਤਸਵੀਰ ਹੈ ਜੀ ਗਿਆਨੀ ਗੁਰਦਿੱਤ ਸਿੰਘ ਹੋਰਾਂ ਦੀ, ਇੰਟਰਨੈਟ ਤੋਂ ਲਈ ਹੋਈ, ਅਤੇ ਪੂਰਾ ਨਾਮ ਉਹਨਾਂ ਦਾ ਸੀ ਜੀ ਗਿਆਨੀ ਗੁਰਦਿੱਤ ਸਿੰਘ। ਜਨਮ ਹੋਇਆ 24 ਫਰਵਰੀ 1923 ਨੂੰ, ਪਿੰਡ ਮਿੱਠੇਵਾਲ, ਉਸ ਸਮੇਂ ਰਿਆਸਤ ਹੁੰਦੀ ਸੀ ਜੀ ਮਲੇਰਕੋਟਲਾ 1923 ਦੇ ਵਿੱਚ, ਪਰ ਅੱਜ ਕੱਲ੍ਹ ਜਿਹੜਾ ਉਹ ਜ਼ਿਲ੍ਹਾ ਹੈ ਸੰਗਰੂਰ, ਸੰਗਰੂਰ ਜ਼ਿਲ੍ਹੇ ਦੇ ਵਿੱਚ ਮਲੇਰਕੋਟਲਾ ਹੈ। ਉਸ ਸਮੇਂ ਮਲੇਰਕੋਟਲਾ ਜਿਹੜੀ ਉਹ ਰਿਆਸਤ ਸੀ ਆਜ਼ਾਦੀ ਤੋਂ ਪਹਿਲਾਂ। ਜਿਹੜੀ ਡੈਥ ਹੈ ਜੀ ਗਿਆਨੀ ਗੁਰਦਿੱਤ ਸਿੰਘ ਹੋਰਾਂ ਦੀ, ਉਹ ਹੋਈ 17 ਜਨਵਰੀ 2007 ਨੂੰ, 83 ਸਾਲ ਦੀ ਉਮਰ ਦੇ ਵਿੱਚ। ਉਹ ਲੇਖਕ ਦੇ ਤੌਰ 'ਤੇ ਮਸ਼ਹੂਰ ਰਹੇ ਜੀ। ਵਾਈਫ ਦਾ ਨਾਮ ਸੀ ਉਹਨਾਂ ਦਾ, ਉਹਨਾਂ ਦੀ ਇੰਦਰਜੀਤ ਕੌਰ ਸੰਧੂ, ਅਤੇ ਬੱਚੇ ਜਿਹੜੇ ਰੁਪਿੰਦਰ ਸਿੰਘ ਔਰ ਰਵਿੰਦਰ ਸਿੰਘ। ਇਹ ਥੋੜ੍ਹੀ ਬੇਸਿਕ ਜਾਣਕਾਰੀ ਸੀ, ਹੁਣ ਡਿਟੇਲ ਦੇ ਵਿੱਚ ਆਪਾਂ ਪੜ੍ਹਦੇ ਹਾਂ। ਪਿਛਲੀ ਵੀਡੀਓ ਦੇ ਵਿੱਚ ਇੱਕ ਤੁਸੀਂ ਕਮੈਂਟ ਕੀਤਾ ਸੀ ਕਿ ਸਰ ਅੱਖਾਂ ਦੇ ਸਾਈਜ਼ ਦੀ ਦਿੱਕਤ ਆਉਂਦੀ ਹੈ, ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਜੀ ਅੱਖਾਂ ਦੇ ਸਾਈਜ਼ ਨੂੰ ਵੱਡਾ ਰੱਖਿਆ ਜਾਵੇ ਆਉਣ ਵਾਲੀ ਸਾਰੀਆਂ ਵੀਡੀਓਜ਼ ਦੇ ਵਿੱਚ। ਇਸ ਤਰ੍ਹਾਂ ਦੇ ਨਾਲ ਕੋਈ ਵੀ ਤੁਹਾਡਾ ਸੁਜੈਸ਼ਨ ਹੁੰਦਾ ਜ਼ਰੂਰ ਸਾਨੂੰ ਦੱਸਿਆ ਕਰੋ, ਜੇ ਤੁਹਾਨੂੰ ਕਿਸੇ ਦੀ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਵੀਡੀਓ ਦੇ ਵਿੱਚ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ। ਤੋ ਜਿੱਦਾਂ ਅਸੀਂ ਗੱਲ ਕੀਤੀ ਸੀ, 24 ਫਰਵਰੀ 1923 ਨੂੰ ਉਹਨਾਂ ਦਾ ਜਨਮ ਹੋਇਆ ਅਤੇ 17 ਜਨਵਰੀ 2007 ਨੂੰ ਉਹਨਾਂ ਦੀ ਮੌਤ ਹੋਈ ਸੀ। ਉਹਨਾਂ ਨੂੰ ਜਾਣਿਆ ਜਾਂਦਾ ਜੀ ਇੱਕ ਪੰਜਾਬੀ ਦੇ ਵਿੱਚ ਪੱਤਰਕਾਰ, ਸੰਪਾਦਕ ਔਰ ਵਾਰਤਕ ਲੇਖਕ ਦੇ ਰੂਪ ਦੇ ਵਿੱਚ। ਉਹਨਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਪੁਸਤਕ ਮਸ਼ਹੂਰ ਹੋਈ ਹੈ ਜੀ, ਉਹ ਹੈ ਮੇਰਾ ਪਿੰਡ। ਇਹੀ ਇੰਪੋਰਟੈਂਟ ਹੈ ਜੀ, ਇਹਦੇ ਨਾਲ ਸੰਬੰਧਿਤ ਹੀ ਪ੍ਰਸ਼ਨ ਪੇਪਰ ਦੇ ਵਿੱਚ ਆਵੇਗਾ। ਪੁਸਤਕ ਇੰਨੀ ਮਕਬੂਲ ਹੋ ਗਈ ਜੀ, ਅਕਸਰ ਜਿਹੜਾ ਹੈ ਉਹ ਪੁਸਤਕਾਂ ਦੀ ਪਹਿਚਾਣ ਲੇਖਕ ਦੇ ਨਾਲ ਹੁੰਦੀ ਹੈ ਕਿ ਇਹ ਪੁਸਤਕ ਉਸ ਲੇਖਕ ਦੀ ਹੈ, ਪਰ ਗਿਆਨੀ ਗੁਰਦਿੱਤ ਸਿੰਘ ਜਿਹੜੇ ਆ ਉਹਨਾਂ ਦੀ ਪਹਿਚਾਣ ਇਸ ਪੁਸਤਕ ਦੇ ਨਾਲ ਬਣੀ। ਉਹਨਾਂ ਨੂੰ ਮੇਰਾ ਪਿੰਡ ਵਾਲਾ, ਮੇਰਾ ਪਿੰਡ ਪੁਸਤਕ ਦਾ ਨਾਮ ਸੀਗਾ ਜੀ, ਮੇਰਾ ਪਿੰਡ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਗਿਆ। ਗਿਆਨੀ ਜੀ ਜਿਹੜੇ ਆ ਆਪਣੇ ਸਮੇਂ ਦੀ ਬੜੀ ਉੱਘੀ ਧਾਰਮਿਕ ਔਰ ਸਿਆਸੀ ਸ਼ਖਸੀਅਤ ਹੋਣ ਦੇ ਨਾਲ ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਔਰ ਪੱਤਰਕਾਰ ਵੀ ਸੀਗੇ। ਠੀਕ ਆ ਜੀ, ਉਹ ਪੰਜਾਬੀ ਦੇ ਵਿੱਚ ਉਹਨਾਂ ਦੀ ਪਹਿਚਾਣ ਇੱਕ ਧਾਰਮਿਕ ਔਰ ਸਿਆਸੀ ਸ਼ਖਸੀਅਤ ਦੀ ਹੈ, ਔਰ ਨਾਲ ਨਾਲ ਉਹਨਾਂ ਨੂੰ ਇੱਕ ਸਾਹਿਤਕਾਰ ਔਰ ਪੱਤਰਕਾਰ ਦੇ ਤੌਰ 'ਤੇ ਜਾਣਿਆ ਜਾਂਦਾ। ਜੀਵਨ ਦੀ ਗੱਲ ਕਰੀਏ ਜੀ, ਉਹੀ ਗੱਲਾਂ ਰਿਪੀਟ ਹੈ, ਜਨਮ ਦੇ ਬਾਰੇ ਗੱਲ ਹੋ ਚੁੱਕੀ ਹੈ ਜੀ। ਪਿਤਾ ਦਾ ਨਾਮ ਸੀ ਹੀਰਾ ਸਿੰਘ, ਮਾਤਾ ਦਾ ਨਾਮ ਨਿਹਾਲ ਕੌਰ। ਪਿੰਡ ਦੀ ਅਸੀਂ ਗੱਲ ਕਰ ਲਈ, ਮਿੱਠੇਵਾਲਾ ਰਿਆਸਤ ਸੀਗੀ ਮਲੇਰਕੋਟਲਾ, ਹੁਣ ਅੱਜ ਕੱਲ੍ਹ ਹੈ ਜ਼ਿਲ੍ਹਾ ਸੰਗਰੂਰ। ਮੁੱਢਲੀ ਵਿੱਦਿਆ ਜੀ ਉਹਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤੀ, ਅਤੇ 1944-45 ਦੇ ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਗਿਆਨੀ ਪੰਜਾਬੀ ਦੀ ਨਾਲ ਸੰਬੰਧਿਤ ਡਿਗਰੀ ਹੁੰਦੀ ਸੀ, ਜਿੱਦਾਂ ਹਿੰਦੀ ਦੇ ਵਿੱਚ ਪ੍ਰਭਾਕਰ ਦੀ ਡਿਗਰੀ ਹੁੰਦੀ ਹੈ। ਅਤੇ ਉਹਨਾਂ ਦਾ ਜਿਹੜਾ ਵਿਆਹ ਹੋਇਆ ਜੀ ਇੰਦਰਜੀਤ ਕੌਰ ਸੰਧੂ ਹੋਰਾਂ ਨਾਲ, ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਰਹੇ, ਸਰਵਿਸ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਪਰਸਨ ਵੀ ਉਹ ਰਹੇ ਹੈ ਜੀ। ਬੇਟੇ ਰੁਪਿੰਦਰ ਸਿੰਘ ਜਿਹੜਾ ਜੀ ਪੰਜਾਬੀ ਟ੍ਰਿਬਿਊਨ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਡਿਪਟੀ ਐਡੀਟਰ ਰਿਹਾ, ਔਰ ਦੂਜਾ ਬੇਟਾ ਹੈ ਰਵਿੰਦਰ ਸਿੰਘ। ਠੀਕ ਹੈ ਜੀ, ਉਹਨਾਂ ਗਿਆਨੀ ਗੁਰਦਿੱਤ ਸਿੰਘ ਹੋਰਾਂ ਨੇ ਪੱਤਰਕਾਰੀ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕੀਤਾ 15 ਅਗਸਤ 1948 ਨੂੰ, ਅਤੇ ਪ੍ਰਕਾਸ਼ ਨਾਮ ਦਾ ਇੱਕ ਅਖਬਾਰ ਸੀਗਾ ਜੀ ਉਹਨਾਂ ਨੇ ਸ਼ੁਰੂ ਕੀਤਾ, ਔਰ ਜੀਵਨ ਦੇ ਅੰਤ ਤੱਕ ਉਹ ਪੱਤਰਕਾਰੀ ਦੇ ਨਾਲ ਜੁੜੇ ਰਹੇ ਜੀ। ਇਹਨਾਂ ਤੋਂ ਇਲਾਵਾ ਆਪਣੇ ਜੀਵਨ ਦੇ ਵਿੱਚ ਦੋ ਹੋਰ ਪੱਤਰ ਜਿਹੜੇ ਉਹਨਾਂ ਨੇ ਉਹ ਸੀਗੇ ਜੀਵਨ ਸਾਂਝਾ ਔਰ ਸਿੰਘ ਸਭਾ ਪੱਤਰਿਕਾ, ਇਹ ਦੋ ਪੱਤਰ ਹੋਰ ਚਲਾਏ। ਟੋਟਲ ਤੁਸੀਂ ਯਾਦ ਰੱਖਣਾ ਜੀ ਪੇਪਰ ਦੇ ਨਜ਼ਰੀਏ ਤੋਂ, 3 ਪੱਤਰ ਜਿਹੜੇ ਉਹਨਾਂ ਨੇ ਚਲਾਏ ਹੈ ਜੀ, ਜੀਵਨ ਸਾਂਝਾ, ਸਿੰਘ ਸਭਾ ਪੱਤਰਿਕਾ ਔਰ ਪ੍ਰਕਾਸ਼। ਠੀਕ ਹੈ ਜੀ, ਰਚਨਾਵਾਂ ਦੀ ਗੱਲ ਕਰ ਲਈਏ, ਕਵਿਤਾ ਰਚਨਾਵਾਂ ਤੋਂ ਪਹਿਲਾਂ ਥੋੜ੍ਹਾ ਮੈਂ ਭਾਸ਼ਾ ਔਰ ਬੋਲੀ ਦੀ ਗੱਲ ਕਰ ਲਵਾਂ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਭਾਸ਼ਾ ਔਰ ਬੋਲੀ ਰਹੀ ਹੈ। ਬੋਲੀ ਔਰ ਭਾਸ਼ਾ, ਕਿਉਂਕਿ ਮਾਲਵੇ ਦੇ ਨਾਲ ਸੰਬੰਧ ਸੀਗਾ ਸੰਗਰੂਰ ਜ਼ਿਲ੍ਹਾ, ਇਸ ਲਈ ਜਿਹੜੀ ਮਲਵਈ ਭਾਸ਼ਾ ਦਾ ਉਹਨਾਂ ਦੀ ਰਚਨਾਵਾਂ ਦੇ ਉੱਪਰ ਪ੍ਰਭਾਵ ਨਜ਼ਰ ਆਉਂਦਾ, ਜਿਹੜੀ ਜ਼ਿਆਦਾ ਉਹਨਾਂ ਦੀ ਭਾਸ਼ਾ ਹੈ ਉਹ ਮਲਵਈ ਹੈ। ਸ਼ੈਲੀ ਦੀ ਗੱਲ ਕਰੀਏ
ਤਾਂ ਕਾਫੀ ਰੌਚਕ ਹੁੰਦੀ ਉਹਨਾਂ ਦੀ ਸ਼ੈਲੀ ਔਰ ਪਾਠਕਾਂ ਨੂੰ ਖਿੱਚ ਕੇ ਰੱਖਦੀ ਹੈ। ਹਾਸ ਰਸ ਦਾ ਕਿਤੇ ਕਿਤੇ ਜ਼ਰੂਰ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਝਲਕ ਨਜ਼ਰ ਆਉਂਦੀ ਹੈ ਜੀ। ਤੋ ਕਵਿਤਾ ਦੀ ਇੱਕ ਉਹਨਾਂ ਦੀ ਪੁਸਤਕ ਹੈ ਜੀ ਅਸ਼ੋ ਸਿਖਰਾਂ, 1950 ਦੇ ਵਿੱਚ ਛਪੀ ਸੀ। ਕਵਿਤਾਵਾਂ ਦਾ ਇੱਕੋ ਹੀ ਕਾਵਿ ਸੰਗ੍ਰਹਿ ਉਹਨਾਂ ਦਾ। ਇਹ ਤੋਂ ਇਲਾਵਾ ਖੋਜ ਔਰ ਆਲੋਚਨਾ ਦੇ ਬਾਰੇ 'ਚ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਜੀ ਉਹਨਾਂ ਦਾ ਜ਼ਿਕਰ ਕਰੀਏ। ਖੋਜ ਔਰ ਆਲੋਚਨਾ ਦੀਆਂ ਹੈ ਰਾਗ ਮਾਲਾ ਦੀ ਅਸਲੀਅਤ। ਇਹ ਤੋਂ ਪਹਿਲਾਂ ਜਿਹੜੀ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਵੀਡੀਓ ਸੀ ਉਹਦੇ ਵਿੱਚ ਪੁਸਤਕ ਦਾ ਨਾਮ ਰਾਗ ਮਾਲਾ ਦਾ ਸਵਾਲ ਸੀਗਾ। ਗਲਤੀ ਦੇ ਨਾਲ ਉੱਥੇ ਸਲਾਈਡ ਦੇ ਵਿੱਚ ਰਾਗ ਮਾਲਾ ਦਾ ਸਵਾਰ ਜਿਹੜਾ ਉਹ ਮਿਸਪ੍ਰਿੰਟ ਸੀਗਾ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਜੀ। ਥੱਲੇ ਕਿਸੇ ਬੱਚੇ ਨੇ ਕਮੈਂਟ ਵੀ ਕੀਤਾ ਸੀ, ਥੈਂਕ ਯੂ ਉਹਨਾਂ ਦਾ ਬੇਟਾ, ਨੋਟਿਸ ਤੁਸੀਂ ਸਾਡੇ ਨੋਟਿਸ ਦੇ ਵਿੱਚ ਗੱਲ ਲੈ ਕੇ ਆਉਂਦੀ। ਤੋ ਉਹ ਡਾਕਟਰ ਬਲਵੀਰ ਸਿੰਘ ਹੋਰ ਵਾਲੀ ਜਿਹੜੀ ਵੀਡੀਓ ਹੈ ਜੀ ਉਹਦੇ ਵਿੱਚ ਤੁਸੀਂ ਰਾਗ ਮਾਲਾ ਦਾ ਸਵਾਲ ਪੜ੍ਹਨਾ ਹੁਣ, ਠੀਕ ਹੈ ਜੀ। ਤੋ ਇਹਨਾਂ ਦੀ ਹੈ ਜੀ ਪੁਸਤਕ ਰਾਗ ਮਾਲਾ ਦੀ ਅਸਲੀਅਤ। ਜਿੱਦਾਂ ਤੁਹਾਨੂੰ ਪਤਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਮਾਲਾ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ, ਉਹਦੇ ਨਾਲ ਸੰਬੰਧਿਤ ਜਿਹੜੀਆਂ ਇਹ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਵੀ ਔਰ ਗਿਆਨੀ ਗੁਰਦੇਵ ਸਿੰਘ ਹੋਰਾਂ ਨੇ ਵੀ ਜਿਹੜਾ ਉਹਦੇ ਬਾਰੇ 'ਚ ਲਿਖਿਆ ਜੀ। ਖੋਜ ਔਰ ਆਲੋਚਨਾ ਦੇ ਵਿੱਚ ਉਹਨਾਂ ਦੀ ਪੁਸਤਕ ਹੈ ਜੀ ਰਾਗਮਾਲਾ ਦੀ ਅਸਲੀਅਤ, 1946 ਦੇ ਵਿੱਚ ਛਪੀ। ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ, ਇਹ ਵੀ ਉਹਨਾਂ ਦੀ ਖੋਜ ਅਧਾਰਤ ਪੁਸਤਕ ਹੈ ਜੀ। ਭੱਟ ਤੇ ਉਹਨਾਂ ਦੀ ਰਚਨਾ, ਹੁਣ ਕਿਉਂਕਿ ਅਸੀਂ ਜਿੱਦਾਂ ਦੱਸਿਆ ਸੀਗਾ ਕਿ ਧਾਰਮਿਕ ਸ਼ਖਸੀਅਤ ਹੈ ਜੀ ਗਿਆਨੀ ਗੁਰਦਿੱਤ ਸਿੰਘ ਹੋਰੀ, ਤੇ ਜਿਹੜਾ ਗੁਰਬਾਣੀ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਕਾਫੀ ਰਚਨਾਵਾਂ ਹੈਗੀਆਂ, ਤੋ ਇਹ ਵੀ ਉਹਨਾਂ ਦੇ ਵਿੱਚ ਸ਼ਾਮਿਲ। ਸਭ ਤੋਂ ਜਿਹੜੀ ਉਹਨਾਂ ਦੀ ਫੇਮਸ ਹੈ ਜੀ ਪੁਸਤਕ ਮੇਰਾ ਪਿੰਡ ਵਾਰਤਕ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਅਲੱਗ ਅਲੱਗ ਐਡੀਸ਼ਨ ਛਪੇ ਆ ਜੀ। ਪਹਿਲਾਂ 1961 ਦੇ ਵਿੱਚ, 1963, 1974, 1981 ਤੇ 1995 ਦੇ ਵਿੱਚ। ਮੇਰਾ ਪਿੰਡ ਦੇ ਬਾਰੇ 'ਚ ਕਿਹਾ ਜਾਂਦਾ ਜੀ ਕਿ ਪੰਜਾਬੀ ਜਿਹੜਾ ਜਨਜੀਵਨ ਹੈ ਉਹਨੂੰ ਦਰਸਾਉਣ ਵਾਲੀ ਇਹ ਪੁਸਤਕ ਹੈ, ਤੇ ਇਹਨੇ ਪੰਜਾਬੀ ਵਾਰਤਕ ਦੇ ਵਿੱਚ ਨਵੇਂ ਪ੍ਰਤੀਮਾਨਾਂ ਦੀ ਸਿਰਜਣਾ ਕੀਤੀ ਹੈ ਇਸ ਪੁਸਤਕ ਨੇ। ਮੇਰਾ ਪਿੰਡ ਦੇ ਬਾਰੇ 'ਚ ਜੇ ਅਸੀਂ ਕਹੀਏ ਜੀ ਕਿ ਇਸ ਪੁਸਤਕ ਨੇ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਔਰ ਜਿਹੜਾ ਲੋਕਯਾਨ ਹੈ ਪੰਜਾਬ ਦਾ, ਲੋਕਾਂ ਦੇ ਮਨਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਜਾਂ ਕਿਸ ਢੰਗ ਦੇ ਨਾਲ ਲੋਕ ਸੋਚਦੇ ਆ ਉਹਨਾਂ ਦੀ ਸੋਚਣੀ, ਉਹਦੇ ਲਈ ਇੱਕ ਮਹਾਨ ਕੋਸ਼ ਕਿਹਾ ਜਾ ਸਕਦਾ। ਪੰਜਾਬੀ ਸੱਭਿਆਚਾਰ ਦਾ ਔਰ ਪੰਜਾਬੀ ਜੀਵਨ ਦਾ ਮਹਾਨ ਕੋਸ਼ ਵੀ ਇਹਨੂੰ ਕਿਹਾ ਜਾਂਦਾ। ਕਈ ਵੇਲੇ ਪੇਪਰ ਦਾ ਸਵਾਲ ਬਣ ਸਕਦਾ ਜੀ ਕਿ ਕਿਹੜੀ ਪੁਸਤਕ ਹੈ ਜੀ ਜਿਹਨੂੰ ਪੰਜਾਬੀ ਸੱਭਿਆਚਾਰ ਅਤੇ ਲੋਕਯਾਨ ਦਾ ਮਹਾਨ ਕੋਸ਼ ਕਿਹਾ ਗਿਆ, ਤਾਂ ਉਹ ਪੁਸਤਕ ਹੈ ਜੀ ਮੇਰਾ ਪਿੰਡ ਗਿਆਨੀ ਗੁਰਦੇਵ ਸਿੰਘ ਹੋਰਾਂ ਦੀ। ਇਹ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਮੇਰਾ ਪਿੰਡ ਪੁਸਤਕ ਹੈ ਜੀ ਇਹਨਾਂ ਦੀ, ਇਹਦੇ ਵਿੱਚ ਵੱਖ ਵੱਖ ਭਾਗਾਂ ਵਿੱਚ ਜਿਹੜੇ ਪੰਜਾਬ ਦੇ ਹੈਗੇ ਆ ਜੀ ਉਹਨਾਂ ਦੇ ਪੰਜਾਬੀ ਜਨ ਜੀਵਨ ਦੀਆਂ ਵੱਖ ਵੱਖ ਝਾਂਕੀਆਂ ਐਸੇ ਰੌਚਕ ਢੰਗ ਨਾਲ ਬਿਆਨ ਕੀਤੀਆਂ ਹੋਈਆਂ ਇਹਦੇ ਵਿੱਚ ਕਿ ਦਿਲ ਨੂੰ ਖਿੱਚਣ ਵਾਲੇ ਉਹ ਚੀਜ਼ਾਂ ਬਣਦੀਆਂ ਜੇ ਤੁਸੀਂ ਪੰਜਾਬ ਦੇ ਨਾਲ ਜੁੜੇ ਹੋਏ ਹੋ ਜਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖਿਆ ਹੋਵੇ। ਤੁਹਾਨੂੰ ਲੱਗੂਗਾ ਕਿ ਸੱਚਮੁੱਚ ਜਿਹੜਾ ਪੰਜਾਬ ਹੈ ਉਹਨੂੰ ਇਸ ਪੁਸਤਕ ਨੇ ਜਿੰਦਾ ਕਰ ਦਿੱਤਾ ਜਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਸੀਨ ਚੱਲ ਗਏ। ਪੱਤਰਕਾਰੀ ਦੇ ਨਾਲ ਨਾਲ ਜਿਹੜਾ ਇਹ ਪੰਜਾਬੀ ਸੱਭਿਆਚਾਰ ਬਾਰੇ ਇਹਨਾਂ ਦੇ ਬੜੇ ਮਹੱਤਵਪੂਰਨ ਲੇਖ ਹੈਗੇ ਜੀ। ਗਦ ਸ਼ੈਲੀ ਜਿਹੜੀ ਹੈ ਜੇ ਆਪਾਂ ਗੱਲ ਕਰਦੇ ਸੀਗੇ ਇਸ ਪੁਸਤਕ ਦੇ ਵਿੱਚ ਵੀ ਸਰਲ ਹੈ ਜੀ ਪਰ ਮੁਹਾਵਰੇ ਭਰਪੂਰ ਹੈ, ਹੈ ਨਾ, ਲਗਾਤਾਰ ਜਿਹੜੇ ਉਹਦੇ ਵਿੱਚ ਮੁਹਾਵਰਿਆਂ ਦਾ ਇਸਤੇਮਾਲ ਕਰਦੇ ਆ ਜੀ, ਪ੍ਰਯੋਗ ਉਹਨਾਂ ਨੇ ਕੀਤਾ ਹੈਗਾ ਜਿਹੜੀ ਉਹਨਾਂ ਦੀ ਪੁਸਤਕ ਹੈ ਮੇਰਾ ਪਿੰਡ। ਔਰ ਇਸ ਪੁਸਤਕ ਬਾਰੇ ਇਹ ਕਿਹਾ ਜਾਂਦਾ ਜੀ ਕਿ ਹਾਸ ਰਸ ਦੀ ਉੱਤਮ ਮਿਸਾਲ ਹੈਗੀ, ਪਰ ਇਹਦਾ ਮੁੱਖ ਜਿਹੜਾ ਖੇਤਰ ਹੈਗਾ ਇਸ ਜਿਹੜੀ ਪੁਸਤਕ ਦਾ ਉਹ ਪੰਜਾਬੀ ਸੱਭਿਆਚਾਰ ਹੀ ਹੈ। ਸੱਭਿਆਚਾਰ ਦੇ ਆਧਾਰਿਤ ਇਹ ਪੁਸਤਕ ਹੈਗੀ ਹੈ। ਇਹਦੇ ਵਿੱਚ ਤਿੱਥ ਤਿਉਹਾਰ ਔਰ ਪਿੰਡਾਂ ਦਾ ਜਿਹੜਾ ਜੀਵਨ ਹੈ ਉਹਦਾ ਸਾਰਾ ਹੀ ਚੀਜ਼ਾਂ ਦਿਖਾਈਆਂ ਗਈਆਂ। ਜ਼ਿਆਦਾ ਪ੍ਰਭਾਵ ਜਿਹੜਾ ਮਾਲਵੇ ਦਾ ਜੀ, ਉਪ ਸੱਭਿਆਚਾਰ ਮਾਲਵੇ ਦਾ ਦਿਖਾਇਆ, ਔਰ ਜਿਹੜੀ ਭਾਸ਼ਾ ਹੈ ਉਹ ਵੀ ਮਲਵਈ ਦਾ ਪ੍ਰਭਾਵ ਹੈ, ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਆਲਰੇਡੀ, ਤਾਂ ਉਹੀ ਚੀਜ਼ ਦੇ ਵਿੱਚ ਹੈ। ਇਸ ਵੀਡੀਓ ਦੇ ਐਂਡ ਦੇ ਵਿੱਚ ਕੁਛ ਲਾਈਨਾਂ ਮੈਂ ਇਸ ਪੁਸਤਕ ਦੇ ਵਿੱਚੋਂ ਪੜ੍ਹਨ ਦੀ ਵੀ ਕੋਸ਼ਿਸ਼ ਵੀ ਕਰੂੰਗਾ, ਠੀਕ ਹੈ ਜੀ। ਆਪਾਂ ਥੋੜ੍ਹਾ ਉਹਨਾਂ ਦੀ ਹੋਰ ਦੇਖ ਲਈਏ ਰਚਨਾਵਾਂ ਕਿਹੜੀ ਕਿਹੜੀਆਂ ਹੈਗੀਆਂ। ਤਿੱਥ ਤਿਉਹਾਰ ਹੈ ਜੀ 1960 ਦੇ ਵਿੱਚ ਉਹਨਾਂ ਦੀ ਛਪੀ। ਮੇਰੇ ਪਿੰਡ ਦਾ ਜੀਵਨ 1967, ਤੋਂ ਇਹ ਲਗਭਗ ਜਿਹੜੀਆਂ ਤਿੰਨੋਂ ਇਹਨਾਂ ਦੀਆਂ ਵਾਰਤਕ ਦੀਆਂ ਪੁਸਤਕਾਂ ਜਿਹਦਾ ਸਾਡੇ ਨਾਲ ਸੰਬੰਧ ਹੈ ਜੀ, ਸਾਡੇ ਸਿਲੇਬਸ ਦੇ ਨਾਲ, ਤਿੰਨੋਂ ਹੀ ਪੰਜਾਬੀ ਸੱਭਿਆਚਾਰ ਦੇ ਉੱਪਰ ਆਧਾਰਿਤ ਹੈਗੀਆਂ। ਮੇਰੇ ਪਿੰਡ ਦਾ ਜੀਵਨ, ਤਿੱਥ ਤਿਉਹਾਰ, ਮੇਰਾ ਪਿੰਡ, ਠੀਕ ਹੈ ਜੀ। ਸਭ ਤੋਂ ਇੰਪੋਰਟੈਂਟ ਇਹੀ ਪੁਸਤਕ ਹੈ ਜੀ ਮੇਰਾ ਪਿੰਡ। ਜੇ ਪ੍ਰਸ਼ਨ ਆਏਗਾ ਗਿਆਨੀ ਗੁਰਦੇਵ ਸਿੰਘ ਬਾਰੇ, ਇਸ ਹੀ ਪੁਸਤਕ ਦੇ ਬਾਰੇ ਵਿੱਚ ਪ੍ਰਸ਼ਨ ਉਹ ਹੋਵੇਗਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਜੀਵਨੀਆਂ ਉਹਨਾਂ ਨੇ ਜਿਹੜੀਆਂ ਲਿਖੀਆਂ ਜੀ, ਭਾਈ ਲਾਲੋ 1987 ਦੇ ਵਿੱਚ, ਸਿੱਖ ਮਹਾਂਪੁਰਸ਼, ਕੁਛ ਸੰਖੇਪ ਜੀਵਨੀਆਂ ਹੈਗੀਆਂ ਜੀ, ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਗਿਆਨੀ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ,
ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ, ਅਕਾਲੀ ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਭਾਈ ਜਵਾਹਰ ਸਿੰਘ ਕਪੂਰ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨ ਸਿੰਘ ਰਾੜੇਵਾਲ, ਸਰਦਾਰ ਹੁਕਮ ਸਿੰਘ, ਮਹਾਰਾਜਾ ਅਸ਼ੋਕ, ਮਹਾਤਮਾ ਬੁੱਧ, ਕਿੱਕਰ ਸਿੰਘ ਪਹਿਲਵਾਨ। ਠੀਕ ਹੈ ਜੀ, ਇਹ ਉਹਨਾਂ ਦੀਆਂ ਜੀਵਨੀਆਂ। ਜੀਵਨੀ ਸਾਹਿਤ ਦੇ ਵਿੱਚ ਲੱਗਦਾ ਵੀ ਉਹਨਾਂ ਨੇ ਜ਼ਿਆਦਾ ਕੰਮ ਕੀਤਾ, ਪਰ ਇਹ ਸੰਖੇਪ ਜੀਵਨੀਆਂ ਹੈਗੀਆਂ, ਵਿਸਤਾਰਿਤ ਜਿਹੜੀਆਂ ਉਹ ਨਹੀਂ ਹੈਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1999 ਦੇ ਵਿੱਚ ਖਾਲਸਾ ਸਥਾਪਨਾ ਦਾ ਜਿਹੜਾ 300 ਸਾਲਾ ਸਮਾਗਮ ਸੀਗਾ, ਉਸ 300 ਸਾਲਾਂ ਨੂੰ ਸਮਰਪਿਤ 50 ਪੁਸਤਕਾਂ ਦਾ ਸੰਪਾਦਨ ਜਿਹੜਾ ਉਹ ਕਰਵਾਇਆ ਜੀ। ਉਹਦਾ ਕਾਰਜ ਜਿਹੜਾ ਗਿਆਨੀ ਗੁਰਦਤ ਸਿੰਘ ਹੋਰਾਂ ਨੇ ਕੀਤਾ। ਉਹਨਾਂ ਦੇ ਵਿੱਚੋਂ ਕੁਛ ਹੈਗੀਆਂ ਜੀ ਪੁਸਤਕਾਂ ਜਿਹੜੀਆਂ, ਉਹਨਾਂ ਦਾ ਅਸੀਂ ਜ਼ਿਕਰ ਕਰ ਲੈਂਦੇ ਹਾਂ। 2003 ਦੇ ਵਿੱਚ ਜਿਹੜੀ ਹੈ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਦਾਵਣੀ, ਅਤੇ 2000 ਦੇ ਵਿੱਚ ਉਹਨਾਂ ਦੀ ਪੁਸਤਕ ਆਈ ਜੀ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ। 1995 ਦੇ ਵਿੱਚ ਜਿੱਦਾਂ ਅਸੀਂ ਦੱਸਿਆ ਸੀ ਐਡੀਸ਼ਨ ਮੇਰਾ ਪਿੰਡ ਦਾ ਇੱਕ ਐਨਦਰ ਆਇਆ ਸੀਗਾ। 1990 ਦੇ ਵਿੱਚ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ ਪਹਿਲਾ ਹੋਏਗਾ ਜੀ ਸ਼ਾਇਦ ਇਹ। ਤੋ ਇਹ ਤੋਂ ਅੱਗੇ ਆ ਜੀ ਪੰਜਾਬੀ ਜੀਵਨ ਅਤੇ ਸੱਭਿਆਚਾਰ, ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਪੰਜਾਬੀ ਸੱਭਿਆਚਾਰ ਦਾ ਲੇਖਕ ਕਿਹਾ ਜਾਂਦਾ ਜੀ ਗਿਆਨੀ ਗੁਰਦਿੱਤ ਸਿੰਘ ਹੋਰਾਂ ਨੂੰ। ਪੰਜਾਬ ਦੀਆਂ ਲੋਕ ਕਹਾਣੀਆਂ, ਇਹ ਉਹਨਾਂ ਦੀਆਂ ਸੰਪਾਦਿਤ ਪੁਸਤਕਾਂ ਹੈਗੀਆਂ ਜੀ। ਤਖ਼ਤ ਸ਼੍ਰੀ ਦਮਦਮਾ ਸਾਹਿਬ, ਭੱਟ ਬਾਣੀ, ਭੱਟ ਅਤੇ ਉਹਨਾਂ ਦੀ ਰਚਨਾ, ਰੀਤਾਂ ਅਤੇ ਰਿਵਾਜ, ਮੇਰੇ ਪਿੰਡ ਦੀ ਰੂਪ ਰੇਖਾ, ਵਿਆਹ ਦੀਆਂ ਰਸਮਾਂ, ਭਾਵਨਾ ਦੇ ਦੇਸ਼। ਉਹ ਤੋਂ ਅੱਗੇ ਆ ਜੀ ਅਮਰਨਾਮਾ, ਨਵਾਂ ਪੰਜਾਬ, ਅਨੰਦਪੁਰ ਸਾਹਿਬ ਦੀ ਸਾਹਿਤ ਨੂੰ ਦੇਣ, ਸੱਭਿਆਚਾਰ ਅਤੇ ਇਤਿਹਾਸ ਦੇ ਬਾਰੇ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਜੀ ਕਿਤਾਬਾਂ, ਸਿੰਘ ਸਭਾ ਲਹਿਰ ਦੀ ਦੇਣ, ਪੰਜਾਬ ਦੇ ਤਖ਼ਤਾਂ ਦਾ ਇਤਿਹਾਸ 1965 ਦੇ ਵਿੱਚ, ਪੰਜਾਬੀ ਸੱਭਿਆਚਾਰ 1987। ਜਿਵੇਂ ਅਸੀਂ ਵੀਡੀਓ ਦੇ ਸ਼ੁਰੂ 'ਚ ਗੱਲ ਕੀਤੀ ਸੀ ਕਿ ਧਾਰਮਿਕ ਸ਼ਖਸੀਅਤ ਹੈ ਜੀ ਗਿਆਨੀ ਗੁਰਦਿੱਤ ਸਿੰਘ ਹੋਰੀ, ਧਾਰਮਿਕ ਔਰ ਫਲਸਫਾ ਜਿਹੜਾ ਫਿਲੋਸਫੀ ਦੇ ਬਾਰੇ 'ਚ ਉਹਨਾਂ ਦੀਆਂ ਪੁਸਤਕਾਂ ਹੈ ਜੀ ਉਹ ਹੈ ਜੀਵਨ ਦਾ ਉਸਰੱਈਆ ਸ਼੍ਰੀ ਗੁਰੂ ਨਾਨਕ ਦੇਵ 1947 ਦੇ ਵਿੱਚ, ਸਿੱਖ ਧਾਮ ਅਤੇ ਸਿੱਖ ਗੁਰਦੁਆਰੇ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਜਿਹਦੀ ਅਸੀਂ ਗੱਲ ਕਰਦੇ ਸੀ, ਭਾਗ 1990 ਦੇ ਵਿੱਚ ਇਹ ਛਪੀ ਹੈ ਜੀ। ਸਨਮਾਨ ਦੀ ਗੱਲ ਕਰ ਲਈਏ ਜੀ ਤਾਂ ਯੂਨੈਸਕੋ ਪੁਰਸਕਾਰ ਮਿਲਿਆ ਉਹਨਾਂ ਦੀ ਪੁਸਤਕ ਮੇਰਾ ਪਿੰਡ ਨੂੰ। ਇਹ ਇੰਪੋਰਟੈਂਟ ਹੈ ਜੀ ਚੀਜ਼, ਪੁੱਛਿਆ ਜਾ ਸਕਦਾ ਕਿ ਮੇਰਾ ਪਿੰਡ ਪੁਸਤਕ ਨੂੰ ਕਿਹੜਾ ਪੁਰਸਕਾਰ ਮਿਲਿਆ ਜੀ, ਇਹਨੂੰ ਮਿਲਿਆ ਸੀ ਯੂਨੈਸਕੋ ਪੁਰਸਕਾਰ। ਇਹ ਤੋਂ ਇਲਾਵਾ ਸਿੱਖ ਸੰਸਥਾਵਾਂ ਦੇ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੁਰਦਿੱਤ ਸਿੰਘ ਹੋਰਾਂ ਦੇ ਅਨੇਕਾਂ ਸਨਮਾਨ ਹੋਏ ਆ ਜੀ। ਉਹ ਪੇਪਰ ਦੇ ਨਜ਼ਰੀਏ ਨਾਲ ਅਸੀਂ ਇੰਨਾ ਇੰਪੋਰਟੈਂਟ ਨਹੀਂ ਸਮਝਦੇ ਉਹਨੂੰ, ਇਸ ਲਈ ਵੀਡੀਓ ਦੇ ਵਿੱਚ ਉਹਨੂੰ ਨਹੀਂ ਲੈ ਰਹੇ। ਗਿਆਨੀ ਗੁਰਦਿੱਤ ਸਿੰਘ ਨੂੰ ਇੱਕ ਵਾਰੀ ਰਿਵਾਈਜ਼ ਅਸੀਂ ਕਰ ਲਈਏ ਜੀ, ਪੰਜਾਬੀ ਸੱਭਿਆਚਾਰ ਦਾ ਲੇਖਕ ਕਿਹਾ ਜਾਂਦਾ, ਜਿਹੜੀ ਸ਼ੈਲੀ ਹੈ ਵਿਅੰਗ ਭਰਪੂਰ ਹੈ, ਹਾਸ ਰਸ ਦੀ ਜਗ੍ਹਾ ਜਗ੍ਹਾ ਉਹਨਾਂ ਦੇ ਝਲਕ ਮਿਲਦੀ ਹੈ, ਅਤੇ ਭਾਸ਼ਾ ਜਿਹੜੀ ਮਲਵਈ ਹੈ ਜੀ ਉਹਨਾਂ ਦੀ। ਸਭ ਤੋਂ ਫੇਮਸ ਜਿਹੜੀ ਪੁਸਤਕ ਹੈ ਉਹ ਹੈ ਮੇਰਾ ਪਿੰਡ। ਉਮੀਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ, ਤੁਹਾਨੂੰ ਖੂਬ ਜਾਣਕਾਰੀ ਮਿਲੇਗੀ ਇਸ ਪੁਸਤਕ ਦੇ ਵੀਡੀਓ ਦੇ ਵਿੱਚੋਂ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਬੈੱਲ ਆਈਕਨ ਵੀ ਜ਼ਰੂਰ ਦਬਾਓ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਚੈਨਲ ਦਾ ਨਾਮ ਹੈ ਜੀ Master 07 ਐਗਜ਼ਾਮ ਵਾਰੀਅਰ। ਸਾਡਾ ਫੇਸਬੁੱਕ ਪੇਜ ਹੈ ਜੀ Master 07 ਐਗਜ਼ਾਮ ਵਾਰੀਅਰ। ਫੇਸਬੁੱਕ ਦੇ ਉੱਪਰ ਜ਼ਰੂਰ ਲਾਈਕ ਕਰੋ, ਹਰ ਆਉਣ ਵਾਲੀ ਜਿਹੜੀ ਵੀਡੀਓ ਹੈ ਉਹਦੀ ਅਪਡੇਟ ਸਾਡੀ ਕੋਸ਼ਿਸ਼ ਹੁੰਦੀ ਹੈ ਜੀ। ਫੇਸਬੁੱਕ ਪੇਜ ਦੇ ਉੱਪਰ ਪਾਈਏ, ਅਤੇ ਜਲਦੀ ਹੀ ਜਿਹੜੇ ਪੰਜਾਬੀ ਦੇ ਲੇਖਕ ਹੈ ਜੀ ਉਹਨਾਂ ਬਾਰੇ ਅਸੀਂ ਪੋਸਟਾਂ ਵੀ ਇਸ ਪੇਜ ਤੋਂ ਸ਼ੇਅਰ ਕਰਨ ਜਾ ਰਹੇ ਹਾਂ ਜੀ, ਤਾਂ ਤੁਸੀਂ ਪੇਜ ਨੂੰ ਜ਼ਰੂਰ ਲਾਈਕ ਕਰ ਲੈਣਾ ਜੀ। ਠੀਕ ਹੈ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ। ਤੁਸੀਂ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ Master 07 ਐਗਜ਼ਾਮ ਵਾਰੀਅਰ। ਧੰਨਵਾਦ ਜੀ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।